ਜਾਨੀ ਤੂੰ ਵੇਖ ਰਿਹਾ ਤੂੰ ਇਸ ਤਾਂ ਮੈਂ ਮਸਿੰਗ ਸਿੰਘ ਦੇ ਘਪਾਲ ਲੁਧਿਆਣੇ ਦਾ ਬੁੱਢਾ ਦਰਿਆ ਜਾਨੀ ਕਿ ਜਿਹੜਾ ਅੱਜ ਕੱਲ ਬੁੱਢਾ ਨਾਲਾ ਬਣ ਚੁੱਕਾ ਹੈ ਅਕਸਰ ਅਸੀਂ ਦੇਖਦੇ ਹਾਂ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਬੁੱਢੇ ਦਰਿਆ ਦਾ ਜਾਂ ਬੁੱਢੇ ਨਾਲੇ ਦਾ ਮੁੱਦਾ ਉੱਪਰ ਕੇ ਸਾਹਮਣੇ ਆਂਦਾ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਖਤਮ ਹੋ ਚੁੱਕੇ ਨੇ ਚਾਹੇਓ ਐਮਪੀ ਦੇ ਇਲੈਕਸ਼ਨ ਹੋਣ ਚਾਹੇਓ ਐਮਐਲਏ ਦੇ ਇਲੈਕਸ਼ਨ ਹੋਣ ਚਾਹੇਓ ਕੌਂਸਲਰ ਦੇ ਇਲੈਕਸ਼ਨ ਹੋਣ ਬੁੱਢੇ ਤਰ੍ਹਾਂ ਦਾ ਮੁੱਦਾ ਹਰ ਵਾਰ ਉੱਠਦਾ ਹੈ ਪੰਜਾਬ 'ਚ ਹੀ ਨਹੀਂ ਰਾਜਸਥਾਨ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਦਾ ਨੁਕਸਾਨ ਹੈ ਜਿਹੜਾ ਕਿ ਚੱਲਣਾ ਪੈਂਦਾ ਤਾਂ ਅੱਜ ਸੀਟਵੀ ਪਲਾਂਟ ਦੇ ਉੱਤੇ ਵਾਤਾਵਰਣ ਪ੍ਰੇਮੀ ਇੱਥੇ ਪਹੁੰਚੇ ਨੇ ਅਭਿਜੋਤ ਅਮੀ ਤੋਜਮਾਨ ਮਾਨ ਜੀ ਨੇ ਚੰਦ ਬਾਜਵਾ ਜੀ ਨੇ ਸਾਡੇ ਨਾਲ ਗੱਲਬਾਤ ਕਰ ਲੰਨੇ ਆ ਸਰ ਅੱਜ ਇੱਥੇ ਪਹੁੰਚੇ ਹੋ ਸੀਟਵੀ ਪਲਾਂਟ ਤੇ ਕੀ ਦੱਸੋਗੇ ਕਿ ਆਪਣਾ ਕੀ ਕਰਨਾ ਹੈ ਐਸੇ ਤੇ ਵਿਖਾਉਣਾ ਚਾਹੀਦਾ ਹੈ ਤੁਸੀਂ ਬਾਅਦ 'ਚ ਸ਼ਾਟ ਲੈ ਕੇ ਵਿਖਾਇ ਏਜੀ ਟ੍ਰੀਟਮੈਂਟ ਹੋ ਰਹੀ ਐ ਇਸ ਪਾਣੀ ਦੀ ਇਹਨੂੰ ਨਾ ਇਹ ਪੂਰਾ ਜੋ ਹੈਗਾ ਐ ਐਸਟੀ ਐ ਮਤਲਬ ਇਹ ਤੂੰ ਸਿਵਰ ਦਾ ਜੋ ਟ੍ਰੀਟ ਕਰਕੇ ਪਾਣੀ ਬਾਹਰ ਭੇਜਿਆ ਜਾਂਦਾ ਆ ਵੇਖ ਲਓ ਹਾਲ ਕੀ ਐ ਇਹਦਾ ਰੰਗ ਵੇਖੋ ਕਿਹੜਾ ਐ ਇਹ ਪਾਣੀ ਪੀ ਕੇ ਜਿੱਥੇ ਆਪਾਂ ਤੋਂ ਖੜਿਆ ਨਹੀਂ ਜਾ ਰਿਆ ਸਮੈਲ ਆ ਰਹੀ ਐ ਸਿਰ ਦੁਖ ਰਿਆ ਐ ਇਹ ਪਾਣੀ ਪੀ ਕੇ ਤੁਸੀਂ ਇਹਨੂੰ ਸਾਡੇ ਇੱਥੇ ਗਾਮਾ ਪਹਿਲਵਾਨ ਬਣੂਗਾ ਇਹ ਪਾਣੀ ਪੀ ਕੇ ਅਸੀਂ ਨੌਜਵਾਨ ਸਾਡੇ ਵਧੀਆ ਸਿਹਤਯਾਬ ਹੋਣਗੇ ਆ ਪਾਣੀ ਪੀ ਕੇ ਫੇਰੇ ਤੂੰ ਕੈਂਸਰ ਟ੍ਰੇਨ ਚੱਲੇ ਤਾਂ ਕਿੰਨੀਆਂ ਟ੍ਰੇਨਾਂ ਹੋਰ ਚਲਾਵਾਂਗੇ ਉਦੋਂ ਹੀ ਜਾਗਾਂਗੇ ਜਾਂ ਹੁਣੇ ਹੀ ਜਾਗ ਜੀਏ ਮਤਲਬ ਤੁਹਾਨੂੰ ਮਤਲਬ ਮੈਂ ਤਾਂ ਗਰ ਖਾਣ ਨੂੰ ਜੀ ਕਰਦਾ ਜਿਹੜਾ ਪੰਜਾਬ ਪਾਣੀਆਂ ਕਰਕੇ ਪਛਾਣਿਆ ਜਾਂਦਾ ਹੈ ਅੱਜ ਉਸੇ ਪੰਜਾਬ ਦੇ ਪਾਣੀ ਦਾ ਹਾਲ ਹੈ ਪਾਣੀ ਦੀ ਮਾਤਰਾ ਹੀ ਨਹੀਂ ਘਾਟੀ ਨਾਲ ਨਾਲ ਜਿਹੜਾ ਬਚਿਆ ਪਾਣੀ ਉਹਦਾ ਹਾਲ ਕੀ ਹੈ ਉਹ ਵੀ ਵੇਖ ਲਓ ਸਭ ਤੋਂ ਜ਼ਰੂਰੀ ਸੇ ਤੁੰਦੀ ਸਭ ਤੋਂ ਜ਼ਰੂਰੀ ਦੁਨੀਆ ਹੁੰਦੀ ਹੈ ਉਹੀ ਖਤਮ ਹੋ ਚੱਲੀ ਤੇ ਬਾਕੀ ਮੁੱਦਿਆਂ ਤੋਂ ਕੀ ਲੈਣਾ ਅਸੀਂ ਜਿਵੇਂ ਚੰਦ ਬਾਜਾ ਜੀ ਵਾਰ-ਵਾਰ ਆਂਦੇ ਨੇ ਕਿ ਕੀ ਪੈਸੇ ਕਮਾ ਕੇ ਕਰ ਲੂੰਗੇ ਕਿਹੜੀ ਇੰਡਸਟਰੀ ਤੋਂ ਜਦੋਂ ਸੇਤਾਂ ਦੀ ਅੱਜ ਕੈਂਸਰ ਟ੍ਰੇਨਾਂ ਘਰ-ਘਰ ਬਿਮਾਰੀ ਸਭ ਬੱਚੇ ਵਿਕਲੰਗ ਔਰ ਸੇ ਕੋਈ ਇਲਾਜ ਨਾਲ ਨਹੀਂ ਸਹੀ ਹੋ ਸਕਦੇ ਆ ਪੀ ਕੇ ਤੁਸੀਂ ਮਰਨੇ ਹੀ ਮਰਨਾ ਹੈ ਇਹ ਸਲੋ ਪੌਇਜ਼ਨ ਨਹੀਂ ਇਹ ਤਾਂ ਫਾਸਟ ਪੌਇਜ਼ਨ ਹੋ ਚੱਲਿਆ ਹੋ ਤੰਗ ਕਰ ਕਰਕੇ ਮਾਰੂ ਤੁਹਾਨੂੰ ਮੈਂ ਬੋਲ ਰਿਹਾ ਮੈਨੂੰ ਖੰਗ ਆ ਰਹੀ ਹੈ ਬੋਲਿਆ ਨਹੀਂ ਜਾ ਰਿਹਾ ਇਹ ਦੇ ਕਰਕੇ ਇਹ ਬਿਲਕੁਲ ਬਹੁਤ ਜ਼ਿਆਦਾ ਸਮੈਲ ਆ ਰਹੀ ਜਿੱਥੇ ਸੀ। ਤੁਸੀਂ ਪੋਲ ਹੀ ਨਹੀਂ ਸਕਦੇ ਤੁਹਾਨੂੰ ਥੋੜੀ ਦੇਰ ਬਾਅਦ ਤੁਹਾਡੇ ਗਾਲੇ ਚ ਪ੍ਰੋਬਲਮ ਹੋ ਜਾਂਦੀ ਹੈ ਤੇ ਤੁਸੀਂ ਸੋਚੋ ਜਦੋਂ ਇਹ ਸਾਡੇ ਅੰਦਰ ਚਲਿਆ ਜਾਊ ਤਾਂ ਕੀ ਹੋਊਗਾ। ਅਸੀਂ ਇਹਨੂੰ ਰਿਐਕਟ ਕਰੀਏ। ਅਸੀਂ ਕੱਲਾ ਮਰ ਨਹੀਂ ਰਹੇ। ਜਿਹੜਾ ਹੁੰਦਾ ਨਾ ਸਭ ਤੋਂ ਬੁਰੀ ਮੌਤ। ਰਗੜ ਰਗੜ ਕੇ ਗੋਡੇ ਏਡੀਆਂ ਮਰਾਂਗੇ ਜੇ ਆਪਾਂ ਪਾਣੀ ਪੀਂਦੇ ਰਹੇ। ਆਪਦੀ ਧਰਤੀ ਦਾ ਆਪ ਦਾ ਸਾਨੂੰ ਖਿਆਲ ਖੁਦ ਕਰਨਾ ਪੈਣਾ ਹੈ ਜੇ ਆਪਾਂ ਨਹੀਂ ਬੋਲਾਂਗੇ ਇਹ ਆਹੀ ਕੁਝ ਹੋਣਾ ਹੈ। ਮੇਰੀ ਸਰਕਾਰ ਨੂੰ ਵੀ ਅਪੀਲ ਹੈ ਸਹੀ ਕਰ ਲੋ। ਲੋਕਾਂ ਨੂੰ ਵੀ ਇਹ ਕਿ ਜਾਗੋ ਡੈਮੋਕਰੈਟਿਕ ਸਿਸਟਮ 'ਚ ਜਦੋਂ ਲੋਕ ਜਾਗ ਪੈਂਦੇ ਨੇ ਸਾਰਾ ਕੁਝ ਹੋ ਜਾਂਦਾ ਹੈ ਤੇ ਜੇ ਤੁਸੀਂ ਨਾ ਜਾਗੇ ਕੁਝ ਨਹੀਂ ਹੋਣਾ ਫਿਰ ਰੈਡੀ ਰਹੋ ਆ ਸਾਰਾ ਕੁਝ ਚੱਲਣ ਲਈ ਸੋ ਜ਼ਰੂਰੀ ਇਹ ਹੈ ਕਿ ਜਾਗੋ ਔਰ ਇਹ ਤੇ ਸਰਕਾਰ ਨੂੰ ਵੀ ਜਗਾਓ ਔਰ ਆ ਜੋ ਇਹ ਤੇ ਤੁਸੀਂ ਪੂਰਾ ਇੱਕ ਇੱਥੇ ਲਾਉਣ ਲੱਗੇ ਆ ਨਾ ਇੱਕ ਸਿਸਟਮ ਇਹਦਾ ਪੂਰਾ ਇੱਕ ਦੋ ਥਾਂ ਦੇ ਹੈਗੇ ਦੋ ਪਿਛਲੀ ਸਰਕਾਰ ਨੇ ਕੀਤਾ ਸੀ ਪਾਸ ਇਹਨਾਂ ਸਿਸਟਮਾਂ ਨੂੰ ਜਿੰਨੀ ਜਲਦੀ ਹੋ ਸਕਦਾ ਵਰਕਿੰਗ 'ਚ ਲਿਆਓ ਔਰ ਜਿਹੜਾ ਤੁਹਾਡਾ ਪੋਲਿਊਸ਼ਨ ਬੋਰਡ ਹੈ ਇਹਦੇ 4-5000 ਕਰਮਚਾਰੀ ਉਹ ਕਰਦੇ ਕੀ ਨੇ ਉਹਨਾਂ ਦੀਆਂ ਤਰ੍ਹਾਂ ਜ਼ਿੰਮੇਵਾਰੀਆਂ ਤੈਅ ਕਰੋ ਐਗੀਆਂ ਚੀਜ਼ਾਂ ਬੰਦ ਹੋਣ ਸਾਰੀਆਂ ਫੈਕਟਰੀਆਂ ਦੇ ਵਿੱਚ ਇਹਨਾਂ ਨੇ ਇੱਕ ਕਾਨੂੰਨ ਹੈ ਚਾਹੇ ਦੁਨੀਆ ਚਲੇ ਜਾਓ ਤੁਸੀਂ ਸੀਐਸਟੀ ਲਾਉਣਾ ਪਊਗਾ ਜਾਂ ਐਸਟੀਆ ਲਾਉਣਾ ਪਊਗਾ ਜਿਹਦੇ ਨਾਲ ਤੁਹਾਡਾ ਵਾਟਰ ਟ੍ਰੀਟੋ ਕੇ ਬਾਹਰ ਜਾਵੇ ਕੀ ਉਹ ਚੱਲ ਰਹੇ ਨੇ ਜੇ ਨਹੀਂ ਚੱਲ ਰਹੇ ਤਾਂ ਸਾਡੇ ਆ ਅਧਿਕਾਰੀ ਕੀ ਕਰ ਰਹੇ ਨੇ ਤੇ ਜੇ ਚੱਲ ਰਹੇ ਨੇ ਤਾਂ ਫਿਰ ਆਹ ਹਾਲ ਕਿਉਂ ਹੈ ਛੋਟੀ ਜੀ ਗੱਲ ਹੈ ਯਾਰ ਛੋਟੀ ਜੀ ਗੱਲ ਹੈ ਇਹਨੂੰ ਕਿਉਂ ਨਹੀਂ ਅਸੀਂ ਲਾਗੂ ਕਰਾ پا ਰਹੇ ਮੈਂ ਲੋਕਾਂ ਨੂੰ ਤਾਂ ਪੁੱਛੂੰਗਾ ਹੀ ਪਰ ਸਭ ਤੋਂ ਜ਼ਿਆਦਾ ਸਰਕਾਰਾਂ ਨੂੰ ਪੁੱਛੂੰਗਾ ਕਿ ਕੀ ਕਰ ਰਹੇ ਹੋ ਔਰ ਮੈਂ ਤੁਹਾਨੂੰ ਦੱਸਾਂ ਇਹ ਸਰਕਾਰਾਂ ਨਹੀਂ ਰਹੀਆਂ ਇਸੇ ਕਰਕੇ ਨਹੀਂ ਰਹੀਆਂ ਆ ਸਾਰਾ ਕੁਝ ਹੋ ਰਿਹਾ ਸੀ ਪਲੀਜ਼ ਤੁਹਾਨੂੰ ਮੇਰੀ ਹੱਥ ਬੰਨ ਬੇਨਤੀ ਹੈ ਇਹ ਕਰ ਲੋ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਵੀ ਜਾਓ ਤੁਸੀਂ ਕਹਿ ਰਹੇ ਸਰਕਾਰਾਂ ਜਿਹੜੀਆਂ ਨਹੀਂ ਰਹੀਆਂ ਇਹੀ ਕਾਰਨ ਆ ਵੀ ਧਿਆਨ ਦਿੱਤਾ ਗਿਆ ਪਹਿਲਾਂ ਅਸੀਂ ਦੇਖਦੇ ਸੀ ਅਕਸਰ ਰਾਜਸਥਾਨ ਤੋਂ ਇਹਦੀ ਆਵਾਜ਼ ਉੱਠਦੀ ਸੀ ਪਰ ਹੁਣ ਪੰਜਾਬ 'ਚ ਵੀ ਆਵਾਜ਼ ਉੱਠਣ ਲੱਗੀ ਕਿਉਂਕਿ ਪੰਜਾਬ ਦੀ ਕਾਫੀ ਜਗ੍ਹਾ ਬਠਿੰਡਿਆ ਦੀ ਸਾਈਡ ਦੀ ਗੱਲ ਕਰੀਏ ਤਾਂ ਉਧਰਲੀ ਕਾਫੀ ਬੈਲਟ ਦੇ ਵਿੱਚ ਵੀ ਜਿਹੜਾ ਕੈਂਸਰ ਹੈ ਲਗਾਤਾਰ ਫੈਲਦਾ ਜਾ ਰਿਹਾ ਹੈ ਪਹਿਲਾਂ ਬਠਿੰਡਿਆ ਕੋ ਮਹਾਲੀ ਮੈਂ ਮਹਾਲੀ ਵੀ ਰਹਿੰਦਾ ਮੈਂ ਫਰੀਦਕੋਟ ਵੀ ਰਹਿੰਦਾ ਸਾਡੇ ਕਲਾ ਫਰੀਦਕੋਟ ਵਾਲੀ ਮਹਾਲੀ ਦਾ ਕੀ ਹਾਲ ਹੈ ਸਭ ਤੋਂ ਖਰਾਬ ਪਾਣੀਆਂ 'ਚ ਮਹਾਲੀ ਵੀ ਗਿਨੇ ਜਾ ਰਿਹਾ ਹੈ ਤੁਸੀਂ ਪੰਜਾਬ ਦਾ ਕੋਈ ਹਿੱਸਾ ਤਾਂ ਕੱਢੋ ਜਿੱਥੇ ਪਾਣੀ ਬਹੁਤ ਸਾਰਾ ਪਿੰਡ ਪਹਿਲਾਂ ਨਲਕਿਆਂ ਤੋਂ ਪਾਣੀ ਪੀਂਦਾ ਸੀ ਸੇਤਾਂ ਬੰਦੀਆਂ ਸੀ ਮੁੰਡੇ ਕਾਇਮ ਹੁੰਦੇ ਸੀ ਕਦ ਕਾਠ ਹੁੰਦੇ ਸੀ ਹੁਣ ਤਾਂ ਆ ਐਰੋਲ ਵਾਲੋ ਫਲਨਾਂ ਵਾਲੋ ਨਾ ਕੋਈ ਮਿਨਰਲ ਬਚਦਾ ਮਿਨਰਲ ਤਾਂ ਖਤਮ ਕਰ ਦਿੰਨੇ ਆ ਪਰ ਆ ਜ਼ਹਿਰ ਨਹੀਂ ਖਤਮ ਹੁੰਦਾ ਉਹਦੇ ਚੋ ਜਿਹੜੀ ਡਾਈ ਇੰਡਸਟਰੀ ਹੈ ਨਾ ਡਾਈ ਇੰਡਸਟਰੀ ਦਾ ਮਤਲਬ ਹੈ ਇਹਦਾ ਕੈਮੀਕਲ ਤਾਂ ਕਲੀਨ ਹੀ ਨਹੀਂ ਨਾ ਹੁੰਦਾ ਇਹ ਤਾਂ ਬੰਦ ਹੀ ਕਰ ਦੇਣੀ ਚਾਹੀਦੀ ਹੈ ਬਾਜਾ ਜੀ ਕਿਵੇਂ ਜਿੱਥੇ ਆਪਾਂ ਖੜੇ ਆਏ ਸੀਟਵੀ ਪਲਾਨ ਦਾ ਚੱਲ ਹੀ ਰਿਹਾ ਹੈ ਚਾਹੇ ਸਲੋ ਚੱਲ ਰਿਹਾ ਚਾਹੇ ਜਦ ਪਰ ਇਹਦੇ ਨਾਲ ਜੇਕਰ ਗੱਲ ਕਰੀਏ ਜੇਲ੍ਹ ਦੇ ਨਾਲ ਇੱਕ ਬਹੁਤ ਕਰੋੜੀ ਪ੍ਰੋਜੈਕਟ ਹੈ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਵਰਕਿੰਗ ਦੇ ਵਿੱਚ ਆ ਹੇ ਤੱਕ ਸ਼ੁਰੂ ਨਹੀਂ ਹੋ ਪਾਇਆ ਹਾਲਾਂਕਿ ਜਿਹੜਾ ਕਿ ਟਾਈਮ ਪੀਰੀਅਡ ਸੀ ਉਹ ਵੀ ਤਾਂ ਖਤਮ ਹੋ ਚੁੱਕਾ ਹੈ ਦੇਖੋ ਜੀ ਉਹ ਪ੍ਰੋਜੈਕਟ ਸਰਕਾਰ ਨੇ 6.500 ਕਰੋੜ ਪਾਸ ਕਿਤੇ ਗੱਲ ਇਹ ਆ ਵੀ ਜੇ ਉਹ ਵੀ ਬਣ ਜਾਣਗੇ ਜਿਹੜਾ ਕੀ ਉਹਨਾਂ ਦੇ ਵੇਚਦੀ ਜਿਹੜੇ ਕੈਮੀਕਲ ਵਾਲੇ ਇੰਡਸਟਰੀ ਦਾ ਪਾਣੀ ਆ ਉਹ ਸਾਫ਼ ਹੋ ਜਾਊਗਾ ਗੱਲ ਤਾਂ ਇਹ ਆ ਵੀ ਸਾਨੂੰ ਉਹ ਇੰਡਸਟਰੀ ਚਾਹੀਦੀ ਜ ਮਾਲਵੇ ਦੇ ਉਲਾਵਾ ਰਾਜਸਥਾਨ ਦੇ 2 ਕਰੋੜ ਲੋਕ ਹੈ ਪਾਣੀ ਪੀਂਦੇ ਆ ਤੇ ਪਿਛਲੇ 30 35 ਸਾਲ ਦਾ ਜਿਹੜਾ ਇੰਡਸਟਰੀ ਨੇ ਜਾਂ ਇਥੋਂ ਦੇ ਸੀਵਰੇਜ ਕਾਰਪੋਰੇਸ਼ਨ ਨੇ ਜਾਂ ਮਤਲਬ ਡੇਰੀਆਂ ਨੇ ਵਿੱਚ ਉਹਦੇ ਗੰਦ ਸਿੱਟਣਾ ਸ਼ੁਰੂ ਕੀਤਾ ਸਰਕਾਰਾਂ ਨੇ ਕਦੀ ਧਿਆਨ ਦਿੱਤਾ ਸਾਡੀ ਸਿਹਤ ਦੀ ਸਥਿਤੀ ਕੀ ਹੋ ਰਹੀ ਆ ਸਾਡੇ ਜਿੱਥੇ ਮਨੁੱਖਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਉਹ ਤੇ ਸਾਡੇ ਪਸ਼ੂਆਂ ਨੂੰ ਉੱਥੇ ਜਿਹੜੇ ਜਾਨਵਰ ਜਿਹੜੇ ਪਾਣੀ ਚ ਰਹਿੰਦੇ ਜੀਵ ਜੰਤੂਆਂ ਨੂੰ ਹੁਣ ਅੱਜ ਬਿਮਾਰੀਆਂ ਨੇ ਘੇਰ ਲਿਆ ਉਹਦੇ ਵਿੱਚ ਜਿਹੜੀਆਂ ਜ਼ਹਿਰਾਂ ਘੁਲ ਕੇ ਉਹ ਜਾਨਵਰਾਂ ਦੇ ਵਿੱਚ ਵੀ ਚਲੀਆਂ ਗਈਆਂ ਤੇ ਸਾਡੇ ਕੋਲੇ ਬਚਿਆ ਕੀ ਆ ਸਾਡੇ ਕੋਲੇ ਸ਼ੁੱਧ ਹਵਾ ਨਹੀਂ ਸ਼ੁੱਧ ਪਾਣੀ ਤੇ ਸਾਰੇ ਜੇ ਅਸੀਂ ਧਨ ਦੌਲਤ ਗੱਡੀਆਂ ਕਾਰਾਂ ਬੰਗਲੇ ਕੀ ਦੇ ਵਾਸਤੇ ਕਵਾਉਣੇ ਆ ਔਲਾਦ ਵਾਸਤੇ ਜੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਨਸਲ ਖੁਸ਼ੀ ਹੋ ਰਹੀ ਆ ਅਸੀਂ ਸੁੱਤੇ ਪਏ ਆ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਤੇ ਫਿਰ ਸਾਡੇ ਵਾਸਤੇ ਲਾਹਨਤ ਆ ਸਰਕਾਰਾਂ ਪਿਛਲੀਆਂ ਸਰਕਾਰਾਂ 30 35 ਸਾਲ ਜਿੰਨੀਆਂ ਵੀ ਸਰਕਾਰਾਂ ਨੇ ਆਈਆਂ ਉਹਨਾਂ ਨੇ ਇਹ ਜ਼ਹਿਰ ਸਾਡੇ ਵਾਸਤੇ ਪਰੋਸ ਕੇ ਦਿੱਤੀ ਆ ਇਹ ਕਹਦੇ ਆ ਇੰਡਸਟਰੀ ਤੋਂ ਸਾਨੂੰ ਮਾਲੀਆ ਇਕੱਠਾ ਹੁੰਦਾ ਸਾਨੂੰ ਪੈਸਾ ਆਉਂਦਾ ਟੈਕਸ ਆਉਂਦਾ ਇੰਡਸਟਰੀ ਦਾ ਟੈਕਸ ਕੀ ਕਰੋਗੇ ਜੇ ਤੁਸੀਂ 1000 ਕਰੋੜ ਇੰਡਸਟਰੀ ਦੀ 10000 ਕਰੋੜ ਥੋੜਾ ਸਿਹਤ ਦੇ ਬਰਬਾਦ ਹੋ ਰਿਹਾ ਉਹ ਇੰਡਸਟਰੀ ਦਾ ਸੀ ਵਿਰੋਧੀ ਨਹੀਂ ਇੰਡਸਟਰੀ ਉਹ ਲਾਉ ਜਿਹੜੀ ਵਾਤਾਵਰਨ ਨੂੰ ਕੁਲ ਆ ਇਹ ਨਾਲ ਉਹ ਜਿਹੜੀ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲ ਕੁਸ਼ੀ ਕਰ ਰਹੀ ਆ ਤੁਹਾਨੂੰ ਇੱਕ ਮੰਡੀ ਬਣਾ ਰਹੀ ਆ ਮਤਲਬ ਹਸਤਾਲਾਂ ਦੀ ਅੱਜ ਕਿਸੇ ਹਸਤਾਲ ਚਲੇ ਜਾਓ ਛੋਟੇ ਤੋਂ ਲੈ ਕੇ ਵੱਡੇ ਤੱਕ ਭਰੇ ਪੈਣ ਮਿਲਣਗੇ ਕੈਂਸਰ ਕਾਲਾ ਪੀਲੀਆਂ ਅੰਤੜੀਆਂ ਦੇ ਰੋਗ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਅੱਖਾਂ ਦੇ ਰੋਗ ਕਿਹੜੀ ਬਿਮਾਰੀ ਆ ਜਿਹੜੀ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਨਹੀਂ ਅੱਗੇ ਸਾਰੀਆਂ ਬਿਮਾਰੀਆਂ ਗੰਦੇ ਪਾਣੀ ਕਰਕੇ ਨੇ ਪਾਣੀ ਗੰਦੇ ਕਰਕੇ ਵੀ ਆ ਸਾਡੇ ਕੋਲੇ ਜੰਗਲ ਨਹੀਂ ਰਹੇ ਹਵਾ ਸਾਡੇ ਕੋਲੇ ਜ਼ਹਿਰੀਲੀ ਹੋ ਗਿਆ 스멜 ਆ ਰਹੀ ਹੈ ਹਵਾ ਚ ਹੀ ਜਾਏਗੀ ਨਾ ਇੰਡਸਟਰੀ ਦਾ ਧੂਆਂ ਜਿਹੜਾ ਹਵਾ ਚ ਜਾਏਗਾ 33% ਜੰਗਲ ਚਾਹੀਦਾ ਸਾਡੇ ਕੋਲੇ ਹੈਗਾ 3.67% ਪਾਉਣੇ 4% ਜੰਗਲ ਆ ਤੁਸੀਂ ਇਹ حساب ਲਾ ਲਓ ਸਾਡੇ ਨੂੰ ਬਿਹਾਰ ਤੇ ਰਾਜਸਥਾਨ ਤੇ ਜਿਆਦਾ ਜਗਲਾਸ ਦਾ ਏਰੀਆ ਹਵਾ ਸਾਡੀ ਜ਼ਰੀਲੀ ਪਾਣੀ ਸਾਡਾ ਧਰਤੀ ਹੀਟਲਾ ਵੀ ਜ਼ਰੀਲਾ ਹੋ ਗਿਆ ਡੂੰਗਾ ਹੋ ਗਿਆ ਮੁੱਕਣ ਕਿਨਾਰੇ ਆ ਤੇ ਜਿਹੜੇ ਸਾਨੂੰ ਕੁਦਰਤ ਨੇ ਦਾਤਾ ਦਿੱਤੀਆਂ ਹੋਈਆਂ ਦਰਿਆਵਾਂ ਦੇ ਰੂਪ ਦੇ ਵਿੱਚ ਉਹਦੇ ਵਿੱਚ ਅਸੀਂ ਜ਼ਹਿਰ ਘੋਲਤੀ ਉਹ ਜ਼ਹਿਰ ਰਹੀਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਨਸਲ ਕੁਸ਼ੀ ਹੋ ਰਹੀ ਆ ਸਰਕਾਰਾਂ ਸੁੱਤੀਆਂ ਪਈਆਂ ਲੋਕ ਸੁੱਤੇ ਪਈ ਆ ਅਸੀਂ ਬੇਨਤੀ ਕਰਦੇ ਹਾਂ ਨਵੀਂ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਵਾਤਾਵਰਣ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਸੁੱਤੇ ਨਾ ਰਹੋ ਉਠੋ ਇਹ ਨਾ ਕੱਲਾ ਕਹੋ ਵੀ ਰੱਬ ਦਾ ਭਾਣਾ ਜੇ ਕੋਈ ਬਿਮਾਰੀ ਆ ਗਈ ਸਾਡੇ ਕਰਮਾਂ ਚ ਲਿਖੀ ਨਹੀਂ ਕਰਮ ਤੁਹਾਡੇ ਸਰਕਾਰਾਂ ਨੇ ਵੀ ਬਣਾਏ ਠੀਕ ਆ ਕੁਦਰਤ ਵੱਡੀ ਚੀਜ਼ ਆ ਪਰ ਕੁਦਰਤ ਨਾਲ ਖਲਵਾੜ ਕਰਾਂਗੇ ਤੇ ਸਾਨੂੰ ਇਹ ਹਾਲਾਤ ਦੇ ਵਿੱਚ ਗੁਜ਼ਰਨਾ ਪਏਗਾ ਅਸੀਂ ਬਚ ਨਹੀਂ ਸਕਾਂਗੇ ਕੋਈ ਕਿਸੇ ਦੀ ਵਾਰੀ ਅੱਜ ਆ ਗਈ ਕਿਸੇ ਦੀ ਕੱਲ ਆ ਜੇ ਕਿਸੇ ਦੀ ਪਰਸੂ ਆ ਜੇਗੀ ਇਕੱਠੇ ਹੋ ਕੇ ਵਾਣੀ ਤੁਸੀਂ ਕੀ ਤੁਹਾਡੇ ਤੁਹਾਡੇ ਮੁਤਾਬਿਕ ਤੁਸੀਂ ਵਾਤਾਵਰਨ ਨੂੰ ਪ੍ਰੇਮੀਓ ਤੁਹਾਡੇ ਮੁਤਾਬਿਕ ਕੀ ਸੋਲੂਸ਼ਨ ਕੀ ਹੈ ਹੱਲ ਕੀ ਇਸ ਚੀਜ਼ ਦਾ ਨਹੀਂ ਹੱਲ ਇਹਦਾ ਇਹੀ ਆ ਵੀ ਜਿਹੜਾ ਡੇਰੀ ਦਾ ਕਾਰਪੋਰੇਸ਼ਨ ਦਾ ਪਾਣੀ ਟ੍ਰੀਟ ਕਰਕੇ ਸਾਫ਼ ਕਰਕੇ ਖੇਤਾਂ ਨੂੰ ਦਿਓ ਕਿਉਂ ਦਰਿਆ ਸੱਟ ਰਹੇ ਹਾਂ ਜਿਹੜੀ ਕੈਮੀਕਲ ਘੋਲ ਰਹੀਆਂ ਇੰਡਸਟਰੀਆਂ ਨੂੰ ਦੱਸਿਓ ਬੰਦ ਕਰੋ ਪੰਜਾਬ 'ਚ ਕਰਾਉਣਾ ਕੀ ਉਹਨਾਂ ਦਾ ਜਿਹੜੀ ਵਾਤਾਵਰਨ ਅਨੁਕੂਲ ਆ ਜਿਹੜੀ ਸਾਡੇ ਵਾਤਾਵਰਨ ਨੂੰ ਸਾਡੀ ਹਵਾ ਪਾਣੀ ਧਰਤੀ ਨੂੰ ਖਰਾਬ ਨਹੀਂ ਕਰਦੀ ਉਸ ਇੰਡਸਟਰੀ ਨੂੰ ਲਾਓ ਇਹ ਤਾਂ ਹਲੇ ਹੀ ਆ ਵੀ ਜੇ ਤੁਸੀਂ ਸਾਨੂੰ ਇਹ ਵੀ ਪਤਾ ਲੱਗਾ ਹੋਰ ਸਟੇਟਾਂ ਦਾ ਰੰਗਾਈ ਵਾਸਤੇ ਕੱਪੜਾ ਪੰਜਾਬ 'ਚ ਆ ਰਿਹਾ ਕਰੋਨਾ ਦੇ ਵਿੱਚ ਕਹਿੰਦੇ ਚਮੜਾ ਬਾਹਰ ਦੀਆਂ ਸਟੇਟਾਂ ਦਾ ਜਲੰਧਰ ਆ ਕੇ ਰੰਗਾਈ ਹੋਈ ਆ ਉਹਦੀ ਉਹ ਜਦ ਰੰਗਾਈ ਹੋਊਗੀ ਤੇ ਕੈਮੀਕਲ ਵਰਤੇ ਜਾਣਗੇ ਸਾਡੇ ਪਾਣੀ 'ਚ ਹੀ ਜਾ ਰਿਹਾ ਪਾਣੀ ਧਰਤੀ 'ਚੋਂ ਕੱਢਿਆ ਜਾ ਰਿਹਾ ਦਿਖਾ ਦਿੰਦੇ ਹਾਂ ਕਿਸ ਤਰੀਕੇ ਨਾਲ ਪਾਣੀ ਦਾ ਜਿਹੜਾ ਕੀ ਰੰਗ ਹੈ ਕਾਲਾ ਹੋ ਚੁੱਕਾ ਹੈ ਤਾਂ ਇਹੀ ਪਾਣੀ ਅੱਗੇ ਜਾ ਕੇ ਸਤਲੋ ਦਰਿਆ ਦੇ ਵਿੱਚ ਮਿਕਸ ਹੁੰਦਾ ਹੈ ਤਾਂ ਜਿਹੜੇ ਮਾਲਵੇ ਦੇ ਲੋਕ ਦੀ ਲੋਕਾਂ ਦੀ ਗੱਲ ਕਰੀਏ ਜਾਂ ਫਿਰ ਰਾਜਸਥਾਨ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਲੋਕ ਪੀਣ ਵਾਲੇ ਪਾਣੀ ਦੇ ਵਿੱਚ ਇਸ ਦਾ ਵਰਤੋਂ ਲਿਆਉਂਦੇ ਨੇ ਤਾਂ ਅੱਜ ਇੱਥੇ ਵਾਤਾਵਰਣ ਨੂੰ ਪ੍ਰੇਮੀ ਇੱਥੇ ਇਕੱਠੇ ਹੋਏ ਨੇ ਤਾਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਡਾਈਨਿੰਗ ਇੰਡਸਟਰੀ ਹੈ ਜਾਂ ਫਿਰ ਸੀਵਰੇਜ ਦਾ ਪਾਣੀ ਹੈ ਉਸ ਦਾ ਕੋਈ ਨਾ ਕੋਈ ਹੱਲ ਹੈ ਜਿਹੜਾ ਕਿ ਸਰਕਾਰਾਂ ਵੱਲੋਂ ਕੀਤਾ ਜਾਵੇ ਸੀਟੀਵੀ ਪਲਾਂਟ ਜਰੂਰ ਲਗਾ ਦਿੱਤੇ ਜਾਂਦੇ ਨੇ ਬਹੁਤ ਕਰੋੜੀ ਪ੍ਰੋਜੈਕਟ ਵੀ ਲਗਾਏ ਗਏ ਨੇ 650 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਕਿ ਉਹ ਵੀ ਇੱਕ ਚੱਲ ਰਿਹਾ ਬੁੱਡੇ ਦਰਿਆ ਨੂੰ ਸਾਫ਼ ਕਰਨ ਵਾਸਤੇ ਪਰ ਉਸ ਦੇ ਬਾਵਜੂਦ ਵੀ ਜਿਹੜੀ ਕਿ ਦਰਿਆ ਦੀ ਸਫਾਈ ਹੈ ਉਹ ਨਹੀਂ ਹੋ ਪਾਰੀ ਤਾਂ ਲੋਕਾਂ ਨੂੰ ਜਿਹੜਾ ਕਿ ਇਹ ਪਾਣੀ ਆ ਪੀਣਾ ਪੀ ਰਹੇ ਆ ਤਾਂ ਲੋਕਾਂ ਦੇ ਵਿੱਚ ਇਹ ਵੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਕੈਂਸਰ ਦੀ ਬਿਮਾਰੀ ਲਗਾਤਾਰ ਵੱਧ ਰਹੀ ਹੈ ਪੰਜਾਬ ਦੇ ਵਿੱਚ ਬੱਚੇ ਜਿਹੜੇ ਕਿ ਮੰਦਭੁੱਦੀ ਹੋ ਰਹੇ ਨੇ ਚਮੜੀ ਰੋਗ ਹੋ ਰਹੇ ਨੇ ਤੇ ਹੋਰ ਕਈ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਨੇ ਜਿਹੜੀਆਂ ਕਿ ਉਹ ਪੈਦਾ ਹੋ ਰਹੀਆਂ ਨੇ ਇਹ ਸਲੋ ਜ਼ਹਿਰ ਹੈ ਜਿਹੜਾ ਕਿ ਨੌਜਵਾਨਾਂ ਦੇ ਸਰੀਰ ਦੇ ਵਿੱਚ ਜਾਂ ਫਿਰ ਬੱਚਿਆਂ ਦੇ ਸਰੀਰ ਦੇ ਵਿੱਚ ਹੌਲੀ-ਹੌਲੀ ਅਸੀਂ ਭਰ ਰਹੇ ਆ ਤਾਂ ਸਾਨੂੰ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਲੋਕ ਇਸ ਮੁੱਦੇ ਤੇ ਜਾਗਰੂਕ ਹੋਣ ਇਕਜੁੱਟ ਹੋਣ ਤਾਂ ਜੋ ਦਰਿਆਈ ਪਾਣੀ ਹੈ ਜਿਹੜਾ ਕਿ ਉਸ ਨੂੰ ਸਾਫ਼ ਸੁਥਰਾ ਬਣਾ ਕੇ ਰੱਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚਨ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤਾਂ ਅੱਗੇ ਜਾ ਕੇ ਥੋੜੀ ਬੋਤੋ ਤੌਰ ਨਿਜਾਹਤ ਜਿਹੜੀ ਕਿ ਜਰੂਰ ਮਿਲ ਸਕੇ ਕੈਮਰਾ ਪਰਸਨ ਬੋਬੀ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक मोहम्मद ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ पति कारोबार ना चलना सिर्फ इकती घंटिया फ्री, 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 मिया रफीक मोहम्मद मोबाइल चौरासी तीन सो चुहत्तर चौरानवे छह सौ संताली चौरासी तीन सो चुहत्तर चौरानवे सौ अड़ताली